ਮੈਸੇਂਜਰ ਤੋਂ ਤੁਸੀਂ ਆਉਂਦੇ ਰਾਂ ਜੀ? ਹਾਂਜੀ ਭਾਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਠੀਕ ਹੋ? ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਤੁਹਾਡਾ ਪਿਛਲਾ ਪ੍ਰੋਗਰਾਮ ਸੁਣਿਆ ਸੀਗਾ ਆਪਣਾ ਰਿਕਾਰਡਡ, ਲਾਈਵ ਮੈਂ ਨਹੀਂ ਸੁਣ ਪਾਇਆ, ਤੇ ਉਹਦੇ ਵਿੱਚ ਭਾਜੀ ਸਤਨਾਮ ਭਾਈ ਨਾਲ ਗੱਲ ਕਰ ਰਹੇ ਸੀਗੇ, ਤੇ ਤੁਸੀਂ ਇੱਕ ਕਲਿੱਪ ਚਲਾਈ ਸੀਗੀ ਆਪਣੇ ਧੁੰਦਾ ਸਾਹਿਬ ਤੇ ਉੱਤਰਾਖੰਡ ਸਾਹਿਬ ਦੀ। ਹਾਂਜੀ ਹਾਂਜੀ ਹਾਂਜੀ, ਉਹ ਬੜਾ ਗੰਭੀਰ ਮਸਲਾ ਵਿਚਾਰਦੇ ਪਏ ਆ, ਏਦਾਂ ਵੀ ਜਿਹੜਾ ਦੇਖੋ ਮਤਲਬ ਗੁਰਦੁਆਰੇ ਮੇਨ ਗੁਰਦੁਆਰਾ ਹੁੰਦਾ ਸ਼ਹਿਰ ਵਿੱਚ, ਲੇਕਿਨ ਹੋਰ ਗੁਰਦੁਆਰਾ ਖੋਲ ਕੇ ਅਗਲੇ ਚਾਰ ਬੰਦੇ ਟੁੱਟਦੇ ਨੇ ਤੇ ਗੁਰਦੁਆਰਾ ਖੋਲ ਕੇ ਬਹਿ ਜਾਂਦੇ ਨੇ, ਤੇ ਆਲਸੋ ਆਪਣਾ ਨਾਮ ਵੀ ਕਿੱਦਾਂ ਕਿੱਦਾਂ ਰੱਖਦੇ ਨੇ, ਇਹ ਨੀ ਆ ਵੀ ਕਿੱਦਾਂ ਮਤਲਬ ਸਿੰਘ ਸਭਾ ਦੀ ਐਗਜ਼ਾਮਪਲ ਦਿੱਤੀ ਸੀ ਉਹਨਾਂ ਨੇ ਹਨਾ। ਹਾਂਜੀ, ਤੇ ਉਹ ਧੁੰਦਾ ਸਾਹਿਬ ਪਿਛਲੇ ਵੀਕਐਂਡ ਇੱਥੇ ਸਾਡੇ ਸ਼ਹਿਰ ਰਿਵਰ ਸਾਈਡ ਆਏ ਹੋਏ ਸੀ ਕੈਲੀਫੋਰਨੀਆ। ਹਾਂਜੀ, ਇੱਥੇ ਭਾਜੀ ਜਿਹੜਾ ਮੇਨ ਗੁਰਦੁਆਰਾ ਹੈ ਉਹ ਤਾਂ ਭਾਜੀ ਇਹਨਾਂ ਨੂੰ ਸੱਦਦੇ ਨੀ ਹੈਗੇ ਆ, ਜਿੱਥੇ ਇਹਨਾਂ ਨੇ ਕਥਾ ਕੀਤੀ ਆ ਉਹ ਜਿਹੜਾ ਗੁਰਦੁਆਰਾ ਉਹ ਚਾਰ ਬੰਦਿਆਂ ਟੁੱਟ ਕੇ ਬਣਾਇਆ ਹੈ ਉੱਥੋਂ ਹਨਾ। ਤੇ ਦੂਜਾ ਉਸ ਗੁਰਦੁਆਰਾ ਭਾਜੀ ਨਾਮ ਹੈਗਾ ਸਿੱਖ ਸੈਂਟਰ ਆਫ ਰਿਵਰ ਸਾਈਡ, ਉੱਥੇ ਤਾਂ ਭਾਜੀ ਇਹਨਾਂ ਤੋਂ ਕਿਹਾ ਨੀ ਗਿਆ ਵੀ ਨਹੀਂ ਮੈਂ ਇਸ ਗੁਰਦੁਆਰੇ ਕਥਾ ਨੀ ਕਰਦਾ ਹੈਗਾ, ਵੀ ਇਹਦਾ ਨਾਂ ਪਹਿਲਾਂ ਚੇਂਜ ਕਰੋ, ਪਹਿਲਾਂ ਸਿੰਘ ਸਭਾ ਰੱਖੋ ਇਹਦਾ ਨਾਂ, ਪਹਿਲਾਂ ਸਿੰਘ ਸਭਾ ਰੱਖੋ ਹੈ ਨਾ। ਤੇ ਏਦਾਂ ਮਤਲਬ ਦੋਗਲਾਪਨ ਦੇਖ ਲਓ ਵੀ ਕਿੱਦਾਂ ਦਾ ਹੈਗਾ। ਨਹੀਂ ਦੋਗਲਾ ਕਹਿਣਾ ਤਾਂ ਇਹਨਾਂ ਦੇ ਨਾਲ ਜਿੱਦਾਂ ਬਹੁਤ ਇਹਨਾਂ ਦੇ ਪੱਖਪਾਤ ਦੀ ਗੱਲ ਆ ਭਾਜੀ, ਫਿਰ ਮੈਂ ਦੂਜਾ ਵਰਡ ਵਰਤਣਾ ਨੀ ਚਾਹੁੰਦਾ ਨਾ, ਕਮੀਨਾ ਕਮੀਨਾ। ਨਹੀਂ ਇਹ ਤਾਂ ਦੋਗਲਾ ਤਾਂ ਬਹੁਤ ਛੋਟਾ ਆ ਇਹਨਾਂ ਲਈ, ਇੱਦਾਂ ਨੀ ਇਹ ਮੇਰੇ ਖਿਆਲ ਆਇਆ ਦਿਮਾਗ ਵਿੱਚ ਵੀ ਦੱਸੋ ਕਿੱਦਾਂ ਮਤਲਬ। ਨਹੀਂ ਇਹ ਤਾਂ ਤੇਗਲਾ ਬਣਨਾ ਚਾਹੁੰਦੇ ਆ, ਤੇਗਲਾ ਚੌਗਲਾ ਪਤਾ ਨੀ ਛੇਗਲਾ ਸੱਤਗਲਾ ਅੱਠਗਲਾ ਕਿੱਥੇ ਜਾ ਕੇ ਖੜੇ ਆ, ਗੱਲ ਛੱਡ ਦਿਓ ਤੁਸੀਂ ਇਹਨਾਂ ਦੀ। ਹਾਂਜੀ ਹਾਂਜੀ, ਬਾਵਜੂਦ ਵੀ ਸਾਨੂੰ ਉਸੇ ਖੁੰਡਣਾ ਬਣਨਾ ਚਾਹੁੰਦੇ ਨੇ ਬਸ। ਅਜੇ ਨਾ ਟਕਸਾਲੀਆਂ ਬਾਰੇ, ਜੇ ਅਖੰਡ ਕੀਰਤਨੀ ਜਥੇ ਬਾਰੇ, ਨਾਨਕ ਸਿੰਘ ਬਾਰੇ ਤੁਸੀਂ ਕਹੋਗੇ, ਉਹ ਬੰਦੇ ਇੱਕ ਵਿਚਾਰਧਾਰਾ ਆ ਉਹਦੇ ਨਾਲ ਖੜੇ ਆ, ਪੂਰੇ ਡਟ ਕੇ ਮੰਨਦੇ ਵੀ ਉਦਾਂ ਹੀ ਆ, ਮੰਨਦੇ ਵੀ ਉਦਾਂ ਹੀ ਆ। ਹੁਣ ਜੇ ਨਿਹੰਗ ਆ, ਨਿਹੰਗ ਏਦਾਂ ਭੰਗ ਪੀਂਦੇ ਆ ਸ਼ਰੇਆਮ, ਵਿਹਲੇ ਰਹਿੰਦੇ ਆ ਘੋੜਿਆਂ ਤੇ, ਏਦਾਂ ਉਹ ਜਿੱਦਾਂ ਇਹ ਤਾਂ ਏਡੇ ਏਡੇ ਯਾਰ ਏਦਾਂ ਦੇ ਸੱਪ ਟੱਕਰੇ ਨਾ ਕੌਮ ਨੂੰ ਇਹ ਜਿਹੜੇ ਮਿਸ਼ਨਰੀ ਲੈਣ ਆਇਆ। ਬਿਲਕੁਲ ਜੀ, ਪਤਾ ਹੋਣ ਦੇ ਬਾਵਜੂਦ ਸਭ ਕੁਛ ਬਸ ਉਦਾਂ ਸਾਨੂੰ ਧੱਕਣਾ ਮਤਲਬ, ਬਸ ਉਹਨਾਂ ਕੋਲ ਜਾ ਕੇ ਸੰਸਥਾ ਉਹੀ ਹੋਵੇ, ਉਹਨਾਂ ਕੋਲ ਜਾ ਕੇ ਟਕਸਾਲੀ ਬਣ ਜਾਂਦੇ ਆ, ਦੂਜੇ ਪਾਸੇ ਜਾ ਕੇ ਕਦੇ ਭਾਈ ਉਹ ਜਾਚ ਹੁੰਦਾ ਸੀ ਉਹ ਭਾਈ ਰਣਧੀਰ ਸਿੰਘ ਦੀਆਂ ਵੀ ਸਿਫਤਾਂ ਕਰੀ ਜਾਣੀਆਂ ਹਨਾ, ਜਦੋਂ ਸਟੇਜ ਤੋਂ ਉਤਰਨਾ ਸਾਡੇ ਕੋਲ ਸਾਡੀ ਕੌਮ ਨੂੰ ਕਿਹੜਾ ਲੱਗਾ ਹੋਇਆ ਹੈ। ਬੰਦੇ ਦਾ ਜੀ ਕਰ ਵੱਟ ਕੇ ਚਪੇੜ ਮਾਰੇ ਕੰਨ ਦੇ ਉੱਤੇ, ਤੁਸੀਂ ਮੁਚਰੇ ਜਾ ਲੱਗੇ ਹੋ, ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਤੁਸੀਂ। ਬਿਲਕੁਲ ਬਿਲਕੁਲ, ਉਹ ਤਾਂ ਗੁਰਦੁਆਰਾ ਜਿਹੜਾ ਮੇਨ ਗੁਰਦੁਆਰਾ ਤਾਂ ਵਾੜਦੇ ਨੇ ਇਹਨਾਂ ਨੂੰ, ਉਹ 6-7 ਸਾਲ ਪਹਿਲਾਂ ਇੱਕ ਵਾਰੀ ਆਇਆ ਸੀ ਇੱਥੇ, ਮੁੜ ਕੇ ਨਾਲ ਕਦੇ ਇਹਨਾਂ ਨੂੰ ਵਾੜਿਆ ਕਿਉਂਕਿ ਪੱਕਾ ਟਕਸਾਲਿਆਂ ਦਾ ਗੁਰਦੁਆਰਾ ਭਾਜੀ। ਠੀਕ ਹੈ ਭਾਈ, ਧੰਨਵਾਦ ਤੁਹਾਡਾ ਟਾਈਮ ਦੇਣ ਲਈ। ਥੈਂਕ ਯੂ ਜੀ, ਥੈਂਕ ਯੂ।